ਅਮਰੀਕਾ ਦੇ ਉਤਰੀ ਡਕੋਟਾ ਸੂਬੇ 'ਚ ਗੋਲੀਬਾਰੀ ਦੌਰਾਨ ਤਿੰਨ ਪੁਲਿਸ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਗਈ ਰਾਜ ਆਧਾਰਿਤ ਵੈਲੀ ਲਾਈਵ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਫਾਰਗੋ ਸ਼ਹਿਰ ਵਿੱਚ ਵਾਪਰੀ ਗਵਾਹਾਂ ਨੇ ਵੈਲੀ ਨਿਊਜ਼ ਲਾਈਵ ਨੂੰ ਦੱਸਿਆ ਕਿ ਗੋਲੀਬਾਰੀ ਨੋਵੇ ਐਵੈਨਿਊ ਸਾਊਥ ਨੇੜੇ 25ਵੀਂ ਸਟਰੀਟ ਸਾਊਥ ਤੇ ਟ੍ਰੈਫਿਕ ਟੱਕਰ ਤੋਂ ਬਾਅਦ ਹੋਈ ਪੁਲਿਸ ਨੇ ਗੋਲੀਬਾਰੀ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਗਵਾਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 40 ਤੋਂ ਵੱਧ ਗੋਲੀਆਂ ਦੀ ਆਵਾਜ਼ ਸੁਣੀ ਪੁਲਿਸ ਨੇ 25ਵੀਂ ਸਟਰੀਟ ਤੇ ਨੋਵੇ ਐਵੈਨਿਊ ਸਾਊਥ ਦੇ ਖੇਤਰ ਵਿੱਚ ਜਵਾਬੀ ਕਾਰਵਾਈ ਕੀਤੀ ਆਲੇ-ਦੁਆਲੇ ਦੀਆਂ ਸੜਕਾਂ ਦੀ ਘੇਰਾਬੰਦੀ ਕਰ ਦਿੱਤੀ ਗਈ ਫਾਰਗੋ ਪੁਲਿਸ ਨੇ ਕਿਹਾ ਕਿ ਜਨਤਾ ਨੂੰ ਕੋਈ ਖਤਰਾ ਨਹੀਂ ਹੈ